बठिंडा जिले के गांव नसीबपुरा से किसानी संघर्ष दिल्ली के लिए जत्था रवाना। किसानों के लिए ले जाया जा रहा है। केंद्र सरकार पर खेती कानून रद्द करवाने के लिए दबाव बनाया जा रहा है। हालांकि लाखों की गिनती में किसान दिल्ली में डेरा डाले हुए हैं, लेकिन फिर भी अभी भी गांवों से किसानों का दिल्ली के जाने का सिलसिला लगातार जारी है। मंगलवार को फरीदकोट के गाँव नसीबपुरा से बड़ी गिनती में किसानों का जत्था दिल्ली के लिए रवाना हुआ। बठिंडा जिले के गाँव नसीबपुरा से किसानी संघर्ष दिल्ली के लिए जत्था रवाना। किसानों के लिए ले जाया जा रहा है राशन। ਜਿਹੜਾ ਜੀ ਤੁਸੀਂ ਰਸਤਾ ਭੇਜ ਰਹੇ ਹੋ ਦਿੱਲੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਜਿਹੜੇ ਸਾਡੇ ਵੀਰ ਕਈ ਦਿਨਾਂ ਤੋਂ ਉੱਥੇ ਭੁੱਖੇ ਤੇ ਆਏ, ਸਾਡੇ ਲਈ ਸਾਰੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਨੇ, ਅਸੀਂ ਉਹਨਾਂ ਲਈ ਰਸਤਾ ਵਸਤਾ ਇਹ ਭੇਜ ਰਹੇ ਹਾਂ। ਸਾਡੇ ਪਿੰਡ ਦੇ ਵਿੱਚੋਂ ਨਸੀਬਪੁਰਾ ਪਿੰਡ ਹੈ, ਕੈਲੇ ਬਾਂਦਰ ਵੀ ਕਿਹਾ ਜਾਂਦਾ, ਬਠਿੰਡਾ ਜ਼ਿਲ੍ਹਾ ਹੈ। ਇੱਥੋਂ ਅਸੀਂ ਰਸਤਾ ਵਸਤਾ ਉਹਨਾਂ ਲਈ ਭੇਜ ਰਹੇ ਹਾਂ ਜਿਹੜੇ ਕਈ ਰੋਜ਼ ਤੋਂ ਲੈ ਕਰਕੇ ਉੱਥੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਅਤੇ ਸਾਡੇ ਜਿਹੜੇ ਕਿਸਾਨ ਵੀਰ ਨੇ ਇੱਥੋਂ ਉਹਨਾਂ ਦਾ ਸਾਥ ਦੇਣ ਲਈ ਜਾ ਰਹੇ ਨੇ, ਅਤੇ ਉਸ ਤੋਂ ਬਾਅਦ ਵੀ ਅਸੀਂ ਰਸਤਾ ਹੋਰ ਵੀ ਇਕੱਠੀਆਂ ਕੀਤੀਆਂ ਹੋਈਆਂ ਨੇ। ਜਦੋਂ ਇਹਨਾਂ ਬੰਦਿਆਂ ਨੇ ਇੱਧਰ ਆਉਣਾ ਹੋਇਆ ਤਾਂ ਇੱਧਰੋਂ ਇੰਨਾ ਜਥਾ ਹੀ ਦੁਬਾਰਾ ਫਿਰ ਉੱਥੇ ਚਲਿਆ ਜਾਊਗਾ। ਇਸ ਤਰ੍ਹਾਂ ਦਾ ਅਸੀਂ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਬਾਅਦ ਵੀ ਜਥੇ ਨੇ ਜਾਣਾ ਹੈ, 11 ਤਰੀਕ ਨੂੰ ਵੀ ਇੱਥੋਂ ਤੁਰਨਾ ਹੈ, ਅੱਜ ਵੀ ਤੁਰ ਰਹੇ ਹਾਂ। ਅੱਜ ਤਕਰੀਬਨ 25-30 ਜਣੇ ਅਸੀਂ ਜਿਹੜੇ ਹੈਗੇ ਇੱਥੇ ਜਥਾ ਬਣਾ ਕੇ ਜਾ ਰਹੇ ਹਾਂ, ਅਤੇ ਜਿਹੜੇ 11 ਤਰੀਕ ਨੂੰ ਜਾਣਾ ਹੈਗਾ ਉਹ ਵੀ 50 ਜਣਿਆਂ ਦੀ ਲਿਸਟ ਬਣਾਈ ਹੋਈ ਹੈ, ਉਹਨਾਂ ਨੇ ਵੀ ਜਾਣਾ ਹੈ ਰਾਸ਼ਨ। ਬਾਕੀ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਐਡਵਾਂਸ ਤਿਆਰ ਕੀਤਾ ਹੋਇਆ ਉਹ ਕਿਸਾਨ ਵੀਰਾਂ ਲਈ। ਅਸੀਂ ਕਿਸੇ ਵੀ ਪੱਧਰ 'ਤੇ ਜਿੰਨੀ ਦੇਰ ਤੱਕਰ ਇਹ ਜਿਹੜੇ ਬਿੱਲ ਉਹਨਾਂ ਨੇ ਪਾਸ ਕੀਤੇ ਨੇ, ਜਿੰਨੀ ਦੇਰ ਤੱਕਰ ਵਾਪਸ ਨਹੀਂ ਲੈਣਗੇ, ਉਨੀ ਦੇਰ ਤੱਕਰ ਇਹ ਕਾਫਲਾ ਇਸੇ ਤਰ੍ਹਾਂ ਨਾਲ ਉੱਧਰ ਚੱਲਦਾ ਜਾਊਗਾ। ਇਹ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਜੋ ਤੁਸੀਂ ਇਹ ਨਾਦਰਸ਼ਾਹੀ ਫਰਮਾਨ ਹੈ, ਜਿਹੜੇ ਇਹ ਡਿਕਟੇਟਰਸ਼ਿਪ ਜਿਹੜੀ ਤੁਸੀਂ ਚਲਾਈ ਹੋਈ ਹੈ, ਇਹ ਹਿਟਲਰੀ ਜਿਹੜੇ ਕਾਨੂੰਨ ਬਣਾਏ ਹੋਏ ਨੇ, ਇਹ ਹੁਣ ਪੰਜਾਬ ਨਹੀਂ ਸਹੇਗਾ, ਪੂਰਾ ਦੇਸ਼ ਜਾਗ ਚੁੱਕਿਆ, ਅਤੇ ਇਹ ਮੋਦੀ ਨੂੰ ਹੁਣ ਦੱਸ ਦੇਣਾ ਚਾਹੁੰਦੇ ਨੇ ਕਿ ਜੋ ਤੇਰੇ ਨਾਦਰਸ਼ਾਹੀ ਫਰਮਾਨ ਨੇ ਇਹ ਹੁਣ ਨਹੀਂ ਚੱਲਣਗੇ, ਕਿਉਂਕਿ ਜਿਹੜੇ ਕੁੱਲੀਆਂ ਦੇ ਦੀਵੇ ਨੇ ਹੁਣ ਜਗ ਪਏ ਨੇ, ਅਤੇ ਇਹ ਹੁਣ ਬਹੁਤੀ ਦੇਰ ਤੱਕ ਜਿਹੜੇ ਇਹ ਮੋਦੀ ਦਾ ਜੀ ਜਿਹੜਾ ਕੁਛ ਮੋਦੀ ਇਹ ਕਰ ਰਿਹਾ ਹੈਗਾ, ਇਹ ਹੁਣ ਉਹਨੂੰ ਦੱਸ ਦੇਣਾ ਚਾਹੁੰਦੇ ਹਾਂ। ਇਹ ਸਾਡੀ ਚੜ੍ਹਦੀ ਕਲਾ ਦੀ ਪ੍ਰਤੀਕ ਹੈ, ਅਸੀਂ ਗੁਰਦੁਆਰਾ ਸਾਹਿਬ 'ਚ ਅਰਦਾਸ ਬੇਨਤੀ ਕਰਕੇ ਇੱਥੋਂ ਕਾਫਲੇ ਨੂੰ ਤੋਰ ਰਹੇ ਹਾਂ ਜੀ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।